ਅੱਜ ਮੌਕੇ ਦੀ ਸਰਕਾਰ ਨੇ ਚੌਲ ਲਾਉਣ ਤੋਂ ਰੋਕਿਆ ਕਿਸਾਨਾਂ ਨੂੰ ਵੀ 20 ਜੂਨ ਤੱਕ ਚੌਲ ਲਾਓ, ਉਦੋਂ ਪਹਿਲਾਂ ਨਾ ਲਾਓ। ਪਾਣੀ ਦਾ ਦੁਹਾਈ ਪਾ ਰਹੀ ਹੈ ਸਰਕਾਰ ਵੀ, ਅਸੀਂ ਇਹ ਪਾਣੀ ਥੱਲੇ ਜਾ ਰਿਹਾ, ਪਾਣੀ ਰੋਕਣ ਵਾਸਤੇ ਪ੍ਰਬੰਧ ਕਰ ਰਹੇ ਹਾਂ, ਕਿਉਂਕਿ ਇਹ ਪਾਣੀ ਰੋਕਣ ਵਾਸਤੇ ਨਹੀਂ। ਜੇ ਪਾਣੀ ਰੋਕਣਾ ਹੋਵੇ, ਬਹੁਤ ਜਮਤਾਂ ਹੈਗੀਆਂ, ਨਹਿਰਾਂ ਖੁੱਲ੍ਹੀਆਂ ਕੀਤੀਆਂ ਜਾ ਸਕਦੀਆਂ, ਸੂਹਿਆਂ 'ਚ ਪਾਣੀ ਵੱਧ ਛੱਡਿਆ ਜਾ ਸਕਦਾ ਸੀ, ਇਹੀਆਂ ਬਿਲਤਾਂ ਬਹੁਤ ਹਨ। ਪਰ ਕਿਸਾਨ ਨੂੰ ਖਤਮ ਕਰਨ ਦੀ ਖਤਰੇ ਮਿਉਂਤਾਂ ਹੈਗੀਆਂ, ਜਿਨ੍ਹਾਂ ਨੇ ਝੋਨਾ ਲਾਇਆ ਉਹਨਾਂ ਨੂੰ ਨੋਟਿਸ ਭੇਜਿਆ ਸਰਕਾਰ ਨੇ ਵੀ ਝੋਨਾ 20 ਜੂਨ ਤੋਂ ਪਹਿਲਾਂ ਕਿਉਂ ਲਾਤਾ, ਵੀ ਉਹਨਾਂ ਨੂੰ 3 ਦਿਨਾਂ ਦੇ ਅੰਦਰ ਅੰਦਰ ਸਰਕਾਰ ਨੂੰ ਜਵਾਬ ਦਿਓ, ਨਹੀਂ ਉਹਨਾਂ ਨੂੰ ਜੁਰਮਾਨਾ ਕੀਤਾ ਜਾਊ। ਕਿਉਂਕਿ ਸਰਕਾਰ ਨੇ ਇਹ ਪਹਿਲਾਂ ਹੀ ਕਿਸਾਨ ਕਰਜਾਈ ਹੈ, ਕਿਸਾਨ ਪਹਿਲਾਂ ਹੀ ਤੰਗ ਹੈ, ਇਹ ਨੋਟਿਸ ਭੇਜਣਾ ਕਿਸਾਨਾਂ ਨੂੰ ਹੋਰ ਜਲੀਲ ਕਰ ਕੀਤਾ ਹੈ। ਜੇ ਕਿਸਾਨ ਇਸ ਗੱਲ ਦੀ ਇਸ ਪਰੇਸ਼ਾਨੀ 'ਚ ਆਤਮ ਹੱਤਿਆ ਕਰ ਗਿਆ, ਤਾਂ ਇੱਥੋਂ ਦੀ ਸਰਕਾਰ ਦੇ ਅਸੀਂ ਬਾਹਰ ਕੇ ਰੱਖ ਕੇ ਜਿਹੜੇ ਅਧਿਕਾਰੀ ਨੇ ਭੇਜੇ ਨੇਗੇ ਨੋਸ਼ਟ ਵਿੱਚ, ਉਹਦਾ ਪਿੱਟ ਸਿਆਪਾ ਕਰਾਂਗੇ। ਇਸ ਕਰਕੇ ਪਹਿਲੇ ਹੀ ਕਿਸਾਨ ਆਤਮ ਹੱਤਿਆ ਕਰੀ ਜਾਂਦੇ, ਡਰਾਉਣਾ ਧਮਕਾਉਣਾ ਛੱਡ ਦਿਓ, ਕਿਸਾਨ ਨੂੰ ਸਮੇਂ ਸਿਰ ਝੋਨਾ ਲਾ ਲੈਣ ਦਿਓ, ਸਮੇਂ ਸਿਰ 4 ਮਣ ਉਹਦੇ ਵੱਧ ਹੋ ਜੂ, 4 ਪੈਸੇ ਵੱਟੇ ਜਾਣਗੇ, ਉਹ ਕਰਜ਼ੇ ਤੋਂ ਰਾਹਤ ਮਿਲ ਸਕਦੀ ਹੈ, ਕਿਉਂਕਿ ਸਰਕਾਰ